अज हुशियारपुर च तूड़ी दियां भरियां ट्रालियां लै के जा रहियां ट्राली चालकां नूं डेयरी यूनियन दे आगुआं वलों रोक लिया गया। इस संबंधी जदों ट्राली चालकां नाल गलबात कीती तां उन्हां दा कहना सी कि वह वख-वख थावां ते तूड़ी लै के आए हन ते निजी फैक्ट्रियां च जा रहे हन जिथे कि तूड़ी की वरतों गत्ता बनाउण लई कीती जांदी है, परंतु अज डेयरी वालियां वलों उन्हां नूं रोक लिया गया है ते कहा है कि वह उन्होंने फैक्ट्री च नहीं जान देंगे। दूजे पासे जदों डेयरी यूनियन नाल गलबात कीती गई तां उन्हां कहा कि यह चारा पशुआं दे खाण लई है जबकि फैक्ट्री च इस नूं जलाया जांदा है। उन्हां कहा कि पशुआं दे खाण लई तूड़ी नहीं मिल रही है, यही कारण है कि उन्हां वलों इन्हां नूं रोकिया गया है। डेयरी यूनियन ने कहा कि उन्हां वलों यह मामला प्रशासन दे ध्यान च लियांदा गया सी, परंतु उन्हां वलों कोई कार्रवाई नहीं कीती गई। जानकारी मिलदिया ही किसान आगू हरपाल सिंह भी मौके ते पहुंच गए जिन्हां वलों कहा गया कि यह किसानां दी मर्जी है वह तूड़ी नूं कित्थे वेचण। उन्हां कहा कि जेकर डेयरी यूनियन पैसे भरदी है तां किसान उन्हां कोल तूड़ी लै जाया करनगे। सुखमिंदर सिंह जी कहिड़ी जगह तों आए हो? असीं जी लुधियाने जिले तों आए हां, पिंड लीहां। ते इत्थे हुण तुसीं ट्रालियां तूड़ी दीआं भरियां करके खड़े हो, की गलबात होई है, की कारण आ? इह जी सानूं आ यूनियन आलिआं ने रोकिया वा, अपने डेयरी आले नहीं है जी, कहते भी यह पशुआं दे खाण आला वा, भी असीं गाह विकण नहीं देना फैक्ट्री आलिआं नूं। ठीक है, कारण की आ रोकण दा, क्यों नहीं फैक्ट्रिया च जाण देना? यह कहते पशुआं दे खाण आली चीज आ, फैक्ट्री आले गाह गत्ता गुत्ता बनाउंदे आ, मचाउंदे आ। ਤੁਸੀਂ ਫੈਕਟਰੀ ਚ ਵੇਚਣ ਜਾਂਦੇ ਹੋ ਤਾਂ ਉੱਥੋਂ ਤੁਹਾਨੂੰ ਪੈਸੇ ਮਿਲਦੇ ਨੇ ਬਦਲੇ? ਫੇਰ ਪੈਸੇ ਦਿੰਦੇ ਫੈਕਟਰੀ ਵਾਲੇ, ਮੁੱਲ ਦਿੰਦੇ ਜੀ ਉਹਨਾਂ ਨੂੰ, ਜਾਂ ਮਾਲਕ ਨੂੰ ਪਤਾ ਜੀ ਜਿਆਦੇ ਦਾ, ਡਰਾਈਵਰ ਬੰਦੇ ਆ ਜੀ ਕੰਮ ਕਰਨ ਵਾਲੇ। ਕਿੰਨੀਆਂ ਟਰਾਲੀਆਂ ਇੱਥੇ ਖੜੀਆਂ ਹੁਣ? ਚਾਰ ਵਾ ਜੀ। ਕਦੋਂ ਤੋਂ ਖੜੇ ਆ ਤੁਸੀਂ ਇੱਥੇ? ਅਸੀਂ ਸਵੇਰ ਦੇ ਹੀ ਖੜੇ ਆ ਜੀ, ਪਹਿਲਾਂ ਟੂਲ ਟੈਕਸ ਵਾਲਿਆਂ ਨੇ ਕਹਿੰਦੇ ਪਰਚੀ ਕੱਟਣੀ ਆ, ਪਹਿਲਾਂ ਕੱਟਦੇ ਨਹੀਂ ਸੀ, ਉੱਥੇ ਰੌਲਾ ਪੈ ਗਿਆ, ਫਿਰ ਇਹਨਾਂ ਨੇ ਟਰਾਲੀਆਂ ਦੇਖ ਕੇ ਇਹਨਾਂ ਨੇ ਘੇਰ ਲਏ ਜੀ। ਕਿਹੜੀ ਫੈਕਟਰੀ ਲੈ ਕੇ ਚੱਲੇ ਸੀ? ਚੰਡੀਗੜ੍ਹ ਰੋਡ ਤੇ ਆ ਜੀ, ਨੌ ਤਾਂ ਅਸੀਂ ਜਾਣਦੇ ਜੀ ਫੈਕਟਰੀ ਦਾ, ਪੰਪ ਦੇ ਉੱਥੋਂ ਜਾਣੀ ਪਤਾ ਵੀ ਪੰਪ ਤੋਂ ਮੁੜਦੇ ਆ ਜੀ, ਦੂਜੇ ਪਾਸੇ ਪੰਪ ਆ ਸੈਲਾ ਜੀ। ਕੀ ਨਾਮ ਆ ਜੀ? ਮੇਰਾ ਨਾਮ ਅੰਗਤ ਰਾਮ ਆ ਜੀ। ਕਿਹੜੀ ਜਗ੍ਹਾ ਤੋਂ ਆਏ ਹੋ? ਹਰਿਆਣੇ ਜੀ, ਪਿੰਡ ਤੋਂ। ਕੀ ਹੁਣ ਕਾਰਨ ਹੋ ਗਿਆ ਇੱਥੇ ਸਵੇਰ ਦੇ ਖੜੇ ਆ ਤੁਸੀਂ? ਇਹ ਕਹਿੰਦੇ ਆ ਜੀ ਜਿੱਦਾਂ ਵੀ ਅਸੀਂ ਫੈਕਟਰੀਆਂ 'ਚ ਨਹੀਂ ਜਾਣ ਦੇਣਾ ਤੇ ਵੀ ਇਹਦੀ ਤੂੜੀ ਬਣਨੀ ਚਾਹੀਦੀ ਆ, ਤੇ ਇਹ ਉੱਥੋਂ ਜ਼ਿਮੀਂਦਾਰਾਂ ਤੋਂ ਖਰੀਦਣ ਤੇ ਜਿੱਦਾਂ ਮਰਜ਼ੀ ਇਹੋ ਫੈਡ ਵਾਲੇ ਜਿੱਦਾਂ ਖਰੀਦਦੇ ਆ ਸੇਠ ਉੱਦਾਂ ਆ, ਅਸੀਂ ਡਰਾਈਵਰ ਬੰਦੇ ਜੀ, ਸਾਨੂੰ ਤਾਂ ਇੱਦਾਂ ਵੀ ਜਿੱਦਾਂ ਛੱਡ ਦੇਣੇ ਅਸੀਂ ਇਹਨਾਂ ਨਾਲ ਸਹਿਮਤ ਆ, ਸਾਨੂੰ ਕੋਈ ਟੈਨਸ਼ਨ ਵੀ ਤੂੜੀ ਬਣਦੀ ਹੈ ਪਸ਼ੂਆਂ ਦੇ ਮੂੰਹ ਦੀ ਖਰਾਕ ਹੈ ਜੀ। ਹੁਣ ਬਾਕੀ ਇਹਨਾਂ ਦਾ ਜਿੱਦਾਂ ਉਹਨਾਂ ਨਾਲ ਕਰ ਲੈਣ ਜਿੱਦਾਂ ਵੀ ਇਹਨਾਂ ਦੀ ਸੈਟਿੰਗ ਹੁੰਦੀ ਹੈ ਇੱਦਾਂ ਆਪਦੀ ਖਾਸ। ਹੁਣ ਇੱਥੇ ਮੌਕੇ ਤੇ ਡੈਰੀ ਯੂਨੀਅਨ ਦੇ ਵੀ ਆਏ ਮੈਂਬਰ ਮੌਜੂਦ ਆ, ਕੀ ਉਹਨਾਂ ਨਾਲ ਤੁਹਾਡੀ ਗੱਲਬਾਤ ਹੋਈ? ਸਾਡੇ ਉਹਨਾਂ ਨਾਲ ਤਾਂ ਇਹੀ ਗੱਲ ਵੀ ਤੁਸੀਂ ਭਾਅ ਰੋਕਦੇ, ਅਸੀਂ ਰੋਕਤੀਆਂ ਜੀ, ਸਾਡੇ ਨਾਲ ਕੋਈ ਗੱਲ ਨਹੀਂ ਹੋਈ, ਬਸ ਸਾਡਾ ਤਾਂ ਇਹੀ ਹੈ ਕਹਿੰਦੇ ਭਾਈ ਤੁਹਾਡਾ ਕੋਈ ਕਸੂਰ ਨਹੀਂ, ਇਸ ਤਾਂ ਉਹਨਾਂ ਨਾਲ ਗੱਲ ਕਰਾਂਗੇ ਜਿਹੜੇ ਅੱਗੇ ਮਾਲਕ ਆ। ਤੁਸੀਂ ਮਾਲਕਾਂ ਦੇ ਧਿਆਨ 'ਚ ਲਿਆਤਾ ਮਾਮਲਾ? ਹਾਂਜੀ, ਮਾਲਕਾਂ ਨੂੰ ਅਸੀਂ ਕਹਿਤਾ ਜੀ, ਮਾਲਕਾਂ ਨੂੰ ਫੋਨ ਕਰਦੇ ਆ, ਇੱਕ ਉਹਨਾਂ ਦਾ ਮਨੀਮ ਇੱਥੇ ਹੈਗਾ ਜੀ, ਉਹ ਸਾਡੇ ਨਾਲ ਸੀਗਾ ਜੀ, ਉਹਦੇ ਨਾਲ ਸਾਰੇ ਕੰਟੈਕਟ ਹੋ ਗਏ ਇਹਨਾਂ ਦੀ, ਤੇ ਪੁਲਿਸ ਵੀ ਆਈ ਸੀਗੀ ਥਾਣਾ ਸਦਰ ਤੋਂ ਪੁਲਿਸ? ਹਾਂਜੀ, ਉਹ ਸਾਡੇ ਨਾਮ ਲਿਖ ਕੇ ਲੈ ਗਏ ਜੀ। ਠੀਕ ਹੈ, ਕੀ ਨਾਮ ਆ ਜੀ ਤੁਹਾਡਾ? ਮੱਖਣ ਲਾਲ ਜੀ। ਤੁਸੀਂ ਡੇਅਰੀ ਯੂਨੀਅਨ ਤੋਂ? ਹਾਂਜੀ ਹਾਂਜੀ। ਤੇ ਹੁਣ ਇਹਨਾਂ ਤੁਹਾਡੇ ਵੱਲੋਂ ਰੋਕਿਆ ਗਿਆ, ਤੁਹਾਡੇ ਵੱਲੋਂ ਰੋਕਣ ਦਾ ਕੀ ਕਾਰਨ ਹੈ ਜੀ? ਰੋਕਣ ਦਾ ਕਾਰਨ ਇਹ ਹੈ ਜੀ, ਇਹ ਜਿਹੜਾ ਚਾਰਾ ਹੈਗਾ ਇਹ ਪਸ਼ੂਆਂ ਲਈ ਬਣਿਆ ਹੋਇਆ, ਨਾ ਕਿ ਇਹ ਜਾਲਣ ਦੇ ਕੰਮਾਂ ਦਾ। ਜਾਲਣ ਲਈ ਤਾਂ ਹੋਰ ਚੀਜ਼ਾਂ ਬਥੇਰੀਆਂ ਹੈਗੀਆਂ, ਸਾਡੀਆਂ ਡੇਅਰੀਆਂ ਦੇ ਵਿੱਚੋਂ ਗੋਬਰ ਚੱਕਣ, ਗੋਬਰ ਗੈਸ ਪਲਾਂਟ ਲਾਉਣ ਅਗਲੇ, ਇਹ ਚਾਰਾ ਪਸ਼ੂਆਂ ਦਾ ਕਿਉਂ ਇੱਦਾਂ ਖਰਾਬ ਕਰਦੇ ਪਏ, ਜਾਲਦੇ ਪਏ ਆ, ਪਸ਼ੂ ਭੁੱਖੇ ਮਰਦੇ ਪਏ ਆ। ਮੁੱਦਾ ਜਿਹੜਾ ਉਹ ਰੇਟ ਦਾ ਨਹੀਂ ਹੈ ਕਿ ਇਹ ਤੂੜੀ 700 ਨੂੰ ਵਿਕਦੀ ਜਾਂ 1000 ਨੂੰ ਵਿਕਦੀ, ਮੁੱਦਾ ਇਹ ਹੈ ਇਹ ਪਸ਼ੂਆਂ ਦੇ ਖਾਣ ਦੀ ਚੀਜ਼ ਹੈ, ਇਹਨੂੰ ਜਾਲਿਆ ਨਾ ਜਾਵੇ, ਅਸੀਂ ਇਸ ਕਰਕੇ ਇਹਨੂੰ ਰੋਕ ਰਹੇ ਹਾਂ। ਕਿੰਨੀਆਂ ਟਰਾਲੀਆਂ ਹੁਣ ਤੁਹਾਡੇ ਵੱਲੋਂ ਰੋਕੀਆਂ ਗਈਆਂ? ਹੁਣ 4 ਰੋਕੀਆਂ ਹੋਈਆਂ ਫਿਲਹਾਲ। ਇਸ ਤੋਂ ਪਹਿਲਾਂ ਵੀ ਤੁਹਾਡੇ ਵੱਲੋਂ ਕਦੇ ਕਾਰਵਾਈ ਕੀਤੀ ਗਈ? ਪਹਿਲਾਂ ਡੀਸੀ ਦਫ਼ਤਰ ਅਸੀਂ ਲਿਖ ਕੇ ਦਿੱਤਾ ਹੋਇਆ ਉਹਨਾਂ ਨੂੰ, ਉਹਨਾਂ ਨੇ ਮੇਰੇ ਹਿਸਾਬ ਨਾਲ ਹਲੇ ਕੋਈ ਨੋਟਿਸ ਨਹੀਂ ਕੱਢਿਆ। ਠੀਕ ਹੈ ਜੀ, ਤੇ ਹੁਣ ਜਾਣੀ ਆਖਿਰਕਾਰ ਅਸੀਂ ਤੰਗ ਹੋ ਕੇ ਇਸ ਪਾਸੇ ਨੂੰ ਤੁਰੇ ਹਾਂ। ਰਿਟਰਨ ਚ ਕੀ ਦਿੱਤਾ ਗਿਆ ਤੁਸੀਂ ਪ੍ਰਸ਼ਾਸਨ ਨੂੰ? ਕੀ ਦਿੱਤਾ ਗਿਆ ਰਿਟਰਨ ਦੇ ਵਿੱਚ? ਇਹੋ ਚੀਜ਼ ਦਿੱਤੀ ਸੀ ਕਿ ਇਹ ਜਿੱਦਾਂ ਮਿਲ ਨੂੰ ਜਾਂਦਾ ਪਿਆ ਪੇਪਰ ਮਿਲ ਨੂੰ, ਇਹ ਸਾਰਾ ਹੀ ਮਟੀਰੀਅਲ ਇਹਨੂੰ ਰੋਕਿਆ ਜਾਵੇ, ਪਰ ਹਲੇ ਤੱਕ ਕੋਈ ਵੀ ਗਵਰਨਮੈਂਟ ਨੇ ਐਕਸ਼ਨ ਨਹੀਂ ਲਿਆ ਇਹਦੇ ਬਾਰੇ। ਜਿੱਦਾਂ ਇਹਨਾਂ ਪੇਪਰ ਦੇ ਵਿੱਚ ਇਹਨਾਂ ਦੀ ਤੂੜੀ ਜਾਂਦੀ ਹੈ, ਇਹਨਾਂ ਨੂੰ ਉੱਥੋਂ ਪੈਸੇ ਮਿਲਦੇ ਆ, ਤੇ ਡੇਅਰੀ ਯੂਨੀਅਨ ਵੱਲੋਂ ਵੀ ਜਦ ਤੁਸੀਂ ਖਰੀਦਦੇ ਆ ਤੇ ਇਹਦੇ ਵੱਟੇ ਪੈਸੇ ਦਿੱਤੇ ਜਾਂਦੇ ਤੁਹਾਡੇ? ਜੀ ਜੀ ਜੀ। ਹਾਂਜੀ, ਪੈਸਾ ਹੀ ਮਿਲ ਦਿੰਦੀ ਹੈ ਇਹਨਾਂ ਨੂੰ ਉੱਥੇ ਲਿਜਾਣ ਦਾ, ਪੈਸਾ ਹੀ ਅਸੀਂ ਦਿੰਦੇ ਹਾਂ। ਠੀਕ ਹੈ ਜੀ, ਉੱਥੇ ਫਰਕ ਇੰਨਾ, ਉੱਥੇ ਜਾਲਦੇ ਪਏ, ਅਸੀਂ ਇੱਥੇ ਪਸ਼ੂਆਂ ਨੂੰ ਪਾਉਂਦੇ ਪਏ ਹਾਂ। ਤੁਸੀਂ ਹਿਸਾਬ ਲਾ ਕੇ ਦੇਖ ਲਓ ਕਿ ਇਹ ਜਾਲਣ ਦੇ ਕੰਮ ਦੀ ਚੀਜ਼ ਹੈ ਜਾਂ ਫਿਰ ਇਹ ਪਸ਼ੂਆਂ ਨੂੰ ਪਾਉਣ ਦੀ ਚੀਜ਼ ਹੈ। ਸਾਨੂੰ ਕੋਈ ਵੀ ਖੜ ਕੇ ਬੰਦਾ ਇਸ ਗੱਲ ਦਾ ਜਵਾਬ ਦੇ ਦੇਵੇ ਕਿ ਇਹ ਜਾਲਣ ਵਾਲੀ ਚੀਜ਼ ਹੈ ਇਹ। ਹਾਂਜੀ, ਇਹ ਸੰਘਾ ਸਾਹਿਬ ਅੱਜ ਇੱਕ ਮਾਮਲਾ ਸਾਹਮਣੇ ਆਇਆ ਕਿ ਇਹ ਤੂੜੀ ਲੈ ਕੇ ਜਾ ਰਹੇ ਸਰ, ਡੇਅਰੀ ਯੂਨੀਅਨ ਵੱਲੋਂ ਰੋਕਿਆ ਗਿਆ, ਕੀ ਪੂਰਾ ਮਾਮਲਾ, ਤੁਸੀਂ ਵੀ ਮੌਕੇ ਤੇ ਹੁਣ ਪਹੁੰਚੇ ਹੋ? ਦੇਖੋ, ਮਾਮਲਾ ਜਿਹੜਾ ਹੈਗਾ ਜੀ, ਦੇਖੋ ਇਹ ਕਿਸਾਨ ਜਿਹੜਾ ਹੈਗਾ, ਇਹ ਜਿਹਨੇ ਵੀ ਕਿਸਾਨਾਂ ਦੀ ਉਹਨਾਂ ਦੀ ਇੰਡੀਵਿਜੁਅਲ ਆਪਣੇ ਖੇਤਾਂ ਦੀ ਜਿਹੜੀ ਇਹ ਦੂਜੀ ਜਿਹੜਾ
ਕਣਕ ਦਾ ਵੇਸਟ ਆ ਮਟੀਰੀਅਲ ਜਿਹੜਾ ਹੈਗਾ ਉਹਨੂੰ ਜੇ ਤਾਂ ਅਸੀਂ ਅੱਗ ਲਾਉਂਦੇ ਹਾਂ ਜੀ ਉਹਨੂੰ ਅਗਲੀ ਫਸਲ ਜਿਹੜੀ ਸਿਰ ਤੇ ਆ ਕੇ ਖੜੀ ਆ ਉਹਨੂੰ ਤਿਆਰ ਕਰਨ ਲਈ ਅਗਲੇ ਜੇ ਉਹਨਾਂ ਨੂੰ ਖੇਤਾਂ ਨੂੰ ਤਿਆਰ ਕਰਨ ਲਈ ਅੱਗ ਲਾਉਣੇ ਤੋਂ ਜਿਹੜਾ ਪ੍ਰਦੂਸ਼ਣ ਬੋਰਡ ਜਿਹੜਾ ਉਹ ਕਹਿ ਰਿਹਾ ਵੀ ਤੁਸੀਂ ਅੱਗ ਕਿਉਂ ਲਾ ਰਹੇ ਦੂਸਰਾ ਹੈਗਾ ਵੀ ਉਹ ਆਪਣਾ ਜਿਹੜਾ ਵੇਸਟ ਕੱਟ ਕੇ ਉਹ ਜਿਹੜਾ ਹੈਗਾ ਵੀ ਉਹ ਉਹਨੂੰ ਮੰਡੀ ਦੇ ਵਿੱਚ ਵੇਚ ਰਹੇ ਆ ਮੰਡੀ ਚ ਵੇਚ ਰਿਹਾ ਜਿੱਦਾਂ ਅਸੀਂ ਤੂੜੀ ਵੇਚ ਰਹੇ ਹਾਂ ਜਿੱਦਾਂ ਅਸੀਂ ਮੰਨ ਲਓ ਅਸੀਂ ਕੜਬ ਲਿਆ ਕੇ ਵੇਚਦੇ ਹਾਂ ਇਹਦਾ ਉਹ ਮੰਡੀ ਦੇ ਵਿੱਚ ਜਾ ਕੇ ਵੇਚ ਰਹੇ ਉਹਦੇ ਵਿੱਚ ਜਿਹੜਾ ਲਿਜਾ ਕੇ ਉਹਨੂੰ ਜਿਹੜੇ ਹੁਣ ਤੁਸੀਂ ਦੇਖਿਓ ਵੀ ਕਣਕ ਦਾ ਝਾੜ ਜਿਹੜਾ ਘੱਟ ਰਿਹਾ 16 ਕੁਇੰਟਲ ਰਿਹਾ ਜਿਮੀਦਾਰ ਸੋਚਦਾ ਵੀ ਮੇਰਾ ਕਿਸੇ ਨਾ ਕਿਸੇ ਢੰਗ ਦੇ ਨਾਲ ਇਹ ਜਿਹੜਾ ਸਾਰਾ ਖਰਚਾ ਜਿਹੜਾ ਇਹ ਪੂਰਾ ਹੋ ਜਾਵੇ ਕਿਸੇ ਨਾ ਕਿਸੇ ਢੰਗ ਦੇ ਨਾਲ ਉਹਨਾਂ ਨੇ ਜਿਹੜਾ ਮਸ਼ੀਨ ਦੇ ਨਾਲ ਜਿਹੜੀ ਕਟਿੰਗ ਕਰਾਈ ਆ ਕਟਿੰਗ ਕਰਾ ਕੇ ਜਿਹੜਾ ਹੈਗਾ ਉਹਨੂੰ ਉਹ ਲੈ ਕੇ ਜਾ ਰਹੇ ਆ ਜੀ ਜਿੱਥੇ ਇਹਨੂੰ ਵੇਚਿਆ ਜਾ ਸਕਦਾ ਹੁਣ ਜੇ ਕਿਸੇ ਨੂੰ ਕੋਈ ਕੋ ਕਹਿ ਦੇ ਵੀ ਤੂੰ ਆਪਣੀ ਤੂੜੀ ਬਣਾ ਕੇ ਮੰਡੀ ਚ ਨਾ ਵੇਚ ਮੰਡੀ ਚ ਨਾ ਵੇਚ ਇਹ ਕਿੱਦਾਂ ਕਿਸੇ ਨੂੰ ਰੋਕਿਆ ਜਾ ਸਕਦਾ ਜੀ ਕਿੱਦਾਂ ਇਹ ਜਿਹੜੀ ਹੈਗੀ ਹੈ ਕਿਸ ਕਿਸਮ ਦੀ ਡੀਲ ਆ ਏਦਾਂ ਹੀ ਜਿਹੜੀ ਹੈ ਕਿਸਾਨਾਂ ਦਾ ਆਪਣਾ ਮਟੀਰੀਅਲ ਆ ਉਹ ਖੋਰੀ ਵੇਚ ਰਹੇ ਆ ਉਹ ਕੜਬ ਵੇਚ ਰਹੇ ਆ ਏਦਾਂ ਹੀ ਤੂੜੀ ਵਾਲਾ ਮਟੀਰੀਅਲ ਆ ਜਿਹੜਾ ਉਹ ਵੇਚ ਰਹੇ ਪਰ ਹੁਣ ਹੱਲ ਕੀ ਹੈ ਇਹਦਾ ਡੇਰੀ ਯੂਨੀਅਨ ਨਾਲ ਕਹਿੰਦੇ ਆਪਾਂ ਵੇਚਣ ਨਹੀਂ ਦੇਣੀ ਹੈ ਕਿਉਂਕਿ ਪਸ਼ੂ ਚਲੋ ਇਹ ਜਿਹੜੀ ਅਗਲੀ ਗੱਲ ਹੈ ਜੀ ਇਹ ਜਿਹੜੀ ਨਹੀਂ ਵੇਚਣ ਦੇਣੀ ਅਸੀਂ ਜਾ ਕੇ ਪ੍ਰਸ਼ਾਸਨ ਨਾਲ ਗੱਲ ਕਰਾਂਗੇ ਫਿਰ ਡੇਰੀ ਯੂਨੀਅਨ ਸਾਡੇ ਪੰਜਾਬ ਦੇ ਉੱਤੇ ਸਾਰੇ ਦੇ ਰਾਜ ਕਰੂਗੀ ਜੋ ਇਹ ਕਿਹਾ ਕਰਨਗੇ ਉਹ ਕਰਿਆ ਕਰਾਂਗੇ ਜਦੋਂ ਕੋਈ ਨੀ ਸਾਂਭਦਾ ਇਹਨੂੰ ਕੋਈ ਨੀ ਚੱਕਦਾ ਉਹਨਾਂ ਦਿਨਾਂ ਦੇ ਵਿੱਚ ਵੀ ਸਾਨੂੰ ਇਹ ਜਿਹੜਾ ਹੈਗਾ ਇਹਨਾਂ ਦਾ ਜਿਹੜੇ ਇਹ ਪੈਸੇ ਦੇ ਦੇਣ ਸਾਨੂੰ ਅਸੀਂ ਇਹਨਾਂ ਦੇ ਲਾ ਦਿੰਦੇ ਹਾਂ ਇਹ ਦੇ ਦੇਣ ਸਾਨੂੰ ਪੈਸੇ ਦੇ ਦੇਣ ਜਿੰਨੇ ਦਾ ਇਹ ਮੁੱਲ ਬੈਠਦਾ ਜਿੰਨੇ ਦੀ ਉੱਥੇ ਵੱਟ ਹੁੰਦੀ ਅਸੀਂ ਇਹਨਾਂ ਦੇ ਲਾ ਦਿੰਦੇ ਅਸੀਂ ਕੀ ਕਰਨੀ ਉੱਥੇ ਲਿਜਾ ਕੇ ਇਹ ਸਾਤੋਂ ਇਹ ਲੈ ਲੈਣ ਮੁੱਲ ਠੀਕ ਹੈ।